ਯਾਰ ਕਿੱਥੇ ਰਹਿ ਗਿਆ ਆਪਣਾ ਪ੍ਰੋਪਰਟੀ ਡੀਲਰ? ਆ ਜਾਂਦੇ ਆ, ਟਾਈਮ ਲੱਗ ਜਾਂਦਾ। ਟਾਈਮ ਯਾਰ ਇਹਨਾਂ ਪ੍ਰੋਪਰਟੀ ਡੀਲਰਾਂ ਦਾ ਵੀ ਨਾ ਗੰਦ ਹੀ ਆ। ਟਾਈਮ ਕਿਤੇ ਦਿੱਤਾ ਹੁੰਦਾ, ਭੁਗਤਾਉਣ ਕਿਤੇ ਡਏ ਹੁੰਦੇ। ਬਥੇਰੇ ਕੰਮ ਹੁੰਦੇ ਉਹਨਾਂ ਨੂੰ, ਨਾਲੇ ਬੰਦਾ ਬੜਾ ਵਧੀਆ। ਬੰਦਾ ਤਾਂ ਚਲੋ ਵਧੀਆ ਆ, ਪਰ ਉਹਨੂੰ ਸਾਡੇ ਟਾਈਮ ਦੀ ਵੀ ਫਿਕਰ ਹੋਣੀ ਚਾਹੀਦੀ ਆ ਨਾ, ਵੀ ਬੰਦੇ ਉੱਥੇ ਬੈਠੇ ਡੀਕਣ ਦੇ ਆ, ਇੱਕ ਘੰਟਾ ਹੋ ਗਿਆ ਸਾਨੂੰ ਇੱਥੇ ਬਾਇਆ ਨੂੰ ਉਹਨੇ। ਚੱਲ ਕੋਈ ਗੱਲ ਨਹੀਂ, ਗੁੱਸਾ ਕਿਉਂ ਕਰਦਾ ਆ, ਇੰਨੀ ਸਸਤੀ ਜਗ੍ਹਾ ਵੀ ਉਹਨੇ ਦਵਾਈ ਆ। ਉਹ ਤਾਂ ਠੀਕ ਹੈ ਤੇਰੀ ਗੱਲ, ਸਸਤੀ ਤਾਂ ਠੀਕ ਆ, ਗਰਮੀ 'ਚ ਵੀ ਤਾਂ ਅਸੀਂ ਡਏ ਨੇ ਡੀਕਣ ਉਹਨੂੰ ਬੈਠੇ। ਡੀਕਣਾ ਤਾਂ ਪੈਣਾ ਹੀ ਆ ਜੇ ਫਾਇਦਾ ਲੈਣਾ ਤੇ। ਨਾਲੇ ਤੁਸੀਂ ਆਪ ਹੀ ਚੈੱਕ ਕੀਤੀ ਆ ਕਲੋਨੀ ਦੇ ਵਿੱਚ ਜਗ੍ਹਾ, ਉਹ ਤਾਂ ਠੀਕ ਹੈ, ਐਡੀ ਸੋਹਣੀ ਕਲੋਨੀ, ਹਰਿਆਲੀ ਲਾਗੇ। ਉਹ ਤਾਂ ਸਹੀ ਹੈ ਗੱਲ ਤੁਹਾਡੀ, ਇੱਕ ਵਾਰੀ ਫੋਨ 'ਤੇ ਕਰੋ ਉਹਨੂੰ, ਕਰ ਲਓ ਵੇਟ ਥੋੜ੍ਹੀ ਜਿਹੀ, ਸ਼ਾਇਦ ਆ ਹੀ ਜਾਣ। ਮੈਨੂੰ ਲੱਗਦਾ ਉਹਨੇ ਇੱਕ ਦੋ ਫਰਮਾਂ ਹੋਰ ਭੁਗਤਾ ਕੇ ਫਿਰ ਹੀ ਆਉਣਾ ਸਾਡੇ ਕੋਲ। 100 ਕੰਮ ਪੈ ਜਾਂਦੇ ਰਾਸਤੇ 'ਚ, ਨਾਲੇ ਡੀਲਰ ਬਣਦਾ ਸੋਲਿਡ ਬੰਦਾ ਆ, ਤੁਹਾਨੂੰ ਵੀ ਪਤਾ ਹੀ। ਠੀਕ ਹੈ, ਚਲੋ ਕੋਈ ਨਹੀਂ। ਹਾਂਜੀ ਹਾਂਜੀ, ਉਹ ਸਤਿ ਸ਼੍ਰੀ ਅਕਾਲ ਜੀ ਮਹਾਰਾਜ। ਉਹ ਭਾਅ ਜੀ ਤੁਸੀਂ ਕਾਹਦੀ ਚਿੰਤਾ ਕਰਦੇ ਜੀ, ਤੁਸੀਂ ਚਿੰਤਾ ਕਾਹਦੀ ਕਰਨ ਡੇ ਜੀ? ਜਦੋਂ ਮੈਂ ਤੁਹਾਨੂੰ ਕਿਹਾ ਨਾ, ਤੁਹਾਨੂੰ ਪਲਾਟ ਮਿਲੂਗਾ, ਸਸਤਾ ਹੀ ਮਿਲੂਗਾ। ਹਾਂ, 20 ਮਰਲੇ ਦਾ ਪਲਾਟ ਸਮਝੋ ਤੁਹਾਡਾ ਪੱਕਾ, ਤੁਸੀਂ ਬਸ ਬਿਆਨਾ ਦਿਓ ਬਿਆਨਾ। ਹਾਂ ਹਾਂ, ਕੋਈ ਗੱਲ ਨਹੀਂ ਕੋਈ ਗੱਲ ਨਹੀਂ ਜੀ, ਹਾਂ ਸਸਤਾ ਮਿਲੂਗਾ। ਕੋਈ ਗੱਲ ਕਰ ਰਹੇ ਆਪਾਂ? ਓਕੇ ਓਕੇ ਓਕੇ, ਧੰਨਵਾਦ ਜੀ। ਡੀਲਰ ਸਾਹਿਬ ਸਾਡੇ ਨਾਲ ਵੀ ਗੱਲ ਕਰ ਲਓ, ਇੰਨਾ ਟਾਈਮ ਟਾਈਮ ਭਾਅ ਜੀ ਵੇਖੋ ਖਿੱਚ ਆ ਕੰਮ ਦੀ, ਅਤੇ ਗਾਹਕ ਆਪਣੀ ਲੋੜ ਨੂੰ ਆਉਂਦਾ। ਸਾਡਾ ਟਾਈਮ ਵੀ ਵੇਖੋ ਨਾ ਜਨਾਬ, 2 ਘੰਟੇ ਹੋ ਗਏ ਤੁਹਾਨੂੰ ਡੀਕਣ ਦੇ, ਤਿੱਖੜ ਦੁਪਹਿਰ ਲੱਗੀ ਆ, ਧੁੱਪੇ ਸੱਦ ਲਿਆ ਸਾਨੂੰ ਤੁਸੀਂ। ਉਹ ਭਾਅ ਜੀ ਵੇਖੋ, ਤੁਸੀਂ ਹੁਣ ਕਹਿਣ ਡੇ ਕਿ ਪਲਾਟ ਵੇਖਣਾ ਵੀ ਹੈਗਾ ਆ, ਹੁਣ 50,000 ਤੁਹਾਡਾ ਬਿਆਨਾ ਆ ਗਿਆ, ਤੁਸੀਂ ਯਕੀਨ ਵੀ ਥੋੜ੍ਹੀ ਰੱਖਿਆ ਕਰੋ ਨਾ, ਤਾਂ ਪਲਾਟ ਹੁਣ ਮੈਨੂੰ ਵਿਖਾਉਣਾ ਤਾਂ ਪੈਣਾ ਸੀ, ਤੁਹਾਨੂੰ 10 ਮਿੰਟ ਤਾਂ ਲੱਗ ਹੀ ਜਾਂਦੇ ਆ। ਉਹ ਤੁਹਾਨੂੰ ਵੀ ਪਤਾ ਗਾਹਕ ਕੱਢਣੇ ਕਿਹੜੇ ਸੌਖੇ ਆ। ਚਲੋ ਕੋਈ ਗੱਲ ਨਹੀਂ, ਇੱਧਰ ਆ ਜਾਓ। ਭਾਅ ਜੀ ਵਿਸ਼ਵਾਸ ਵੀ ਕਰਿਆ ਕਰੋ। ਉਹ ਵਿਸ਼ਵਾਸ ਤਾਂ ਹੈਗਾ ਆ ਜੀ, ਬਸ ਤੁਹਾਨੂੰ ਪਤਾ ਹੀ ਆ ਫਿਰ, ਜਿਹਨੇ ਬਿਆਨਾ ਦਿੱਤਾ ਉਹਨੂੰ ਇਹ ਲੱਗਦਾ ਕਿਤੇ ਪੈਸੇ ਨਾ ਕਿਤੇ ਮਰ ਜਾਣਾ। ਹਾਂ ਵੇਖੋ ਭਾਅ ਜੀ, ਪਹਿਲੀ ਗੱਲ ਤਾਂ ਹੈਗੀ ਜੇ ਕਿ ਇੰਨੀ ਸਸਤੀ ਜਗ੍ਹਾ ਨਹੀਂ ਮਿਲਦੀ, ਹੁਣ 20 ਮਰਲੇ ਜਿਹੜਾ ਪਲਾਟ ਆ ਅਤੇ ਕਿੰਨੇ ਦਾ ਮਿਲਿਆ? 2 ਲੱਖ ਦਾ। ਅਤੇ ਮਾਰਕੀਟ 'ਚ ਤੁਹਾਨੂੰ 20 ਮਰਲੇ ਪਲਾਟ 2 ਲੱਖ ਤੱਕ ਕਿਤੇ ਵੀ ਨਹੀਂ ਮਿਲਣਾ ਹੈਗਾ। ਇਹੀ ਗੱਲ ਮੈਂ ਸਮਝਾ ਰਿਹਾ ਜੀ ਸਵੇਰ ਦੀ। ਹਾਂ ਵੀ ਲੋਕੇਸ਼ਨ ਵੀ ਏਡੀ ਵਧੀਆ, ਲੋਕੇਸ਼ਨ ਆਪ ਹੀ ਇਹਨਾਂ ਵੇਖੀ। ਹਾਂ ਆਪ ਹੀ ਇਹਨਾਂ ਚੂਜ਼ ਕੀਤੀ, ਅਤੇ ਇਹੋ ਜਿਹੀਆਂ ਚੀਜ਼ਾਂ ਨੂੰ ਫਿਰ ਟਾਈਮ ਲੱਗਦਾ ਹੀ ਆ। ਅੱਜ ਕੱਲ੍ਹ ਨਾ ਠੱਗੀਆਂ ਠੋਰੀਆਂ ਤਾਂ ਹੋਈ ਆ ਦੁਨੀਆ, ਇਹ ਚੀਜ਼ ਦਾ ਡਰ ਲੱਗਦਾ ਆ। ਉਹ ਭਾਅ ਜੀ ਹੁਣ ਤੁਸੀਂ ਵੇਖੋ, ਪਲਾਟ ਤੁਹਾਨੂੰ ਪਸੰਦ ਆਇਆ ਕਿ ਨਹੀਂ ਆਇਆ ਪਹਿਲਾਂ ਦੱਸੋ? ਪਲਾਟ ਤਾਂ ਤੁਸੀਂ ਵਿਖਾਓਗੇ ਜੇ ਤਾਂ ਪਸੰਦ ਆਊਗਾ। ਅਜੇ ਤਾਂ ਤੁਸੀਂ ਸੱਦ ਕੇ ਸਾਨੂੰ ਪਾਇਆ, 2 ਘੰਟੇ ਹੋ ਗਏ ਬੈਠੇ ਅਤੇ ਤੁਹਾਨੂੰ ਲਿਖਣ ਦੇ। ਉਹ ਜਨਾਬ ਮੈਂ ਤੁਹਾਨੂੰ ਕਿਤੇ ਉੱਪਰੀ ਜਗ੍ਹਾ ਥੋੜ੍ਹਾ ਬਿਠਾਇਆ, ਮੈਂ ਤੁਹਾਨੂੰ ਤੁਹਾਡੀ ਜਗ੍ਹਾ 'ਚ ਹੀ ਬਿਠਾਇਆ ਜਿਹੜੇ ਤੁਸੀਂ ਮਾਲਕ ਜੇ।
ਹਾਂ ਵੇਖੋ ਇਹਨਾਂ ਦਾ ਸਾਡੇ ਨਾਲ ਬੜਾ ਪਿਆਰ ਆ ਅਤੇ ਸਾਡਾ ਤੁਹਾਡੇ ਨਾਲ ਜੀ। ਇਹਨਾਂ ਨੇ ਮੇਰੇ ਵਿਸ਼ਵਾਸ 'ਤੇ 50,000 ਰੁਪਇਆ ਜਿਹੜਾ ਬਿਆਨਾ ਦੇ ਦਿੱਤਾ ਆ ਬਿਨਾਂ ਜਗ੍ਹਾ ਵੇਖੀ ਅਤੇ ਜਗ੍ਹਾ 'ਤੇ ਸਾਨੂੰ ਵਿਖਾਉਣੀ ਪੈਣੀ ਆ। ਲੋਕੇਸ਼ਨ ਇਹਨਾਂ ਵੇਖ ਲਈ ਸੀ ਵੀ ਕਲੋਨੀ ਆ। ਜਗ੍ਹਾ ਵੇਖੋ ਵੀ ਇੰਨੀ ਬੈਸਟ ਜਗ੍ਹਾ ਆ ਕਿ ਦੋ ਦਰਵਾਜ਼ੇ ਇਹ ਪਲਾਟ ਦੇ ਨਿਕਲਣੇ ਆ, ਜਾਣੀ ਕਿ ਦੋਵੇਂ ਪਾਸੇ ਇਹਦਾ ਰਸਤਾ ਆ। ਦੁਨੀਆਦਾਰੀ ਆ, ਦੁੱਖ ਸੁੱਖ ਇਨਸਾਨ ਦਾ ਜਿਹੜਾ ਗਾ ਇਹ ਹਿੱਸਾ ਆ, ਅਤੇ ਪਲਾਟ ਮੈਂ ਤੁਹਾਨੂੰ ਐਸੀ ਜਗ੍ਹਾ 'ਤੇ ਕਟਾ ਤਾ ਆ ਕਿ ਜਦੋਂ ਮੰਨ ਲਓ ਕੋਈ ਖੁਸ਼ੀ ਦਾ ਕੰਮ ਆ ਅਤੇ ਤੁਹਾਡੇ ਪਲਾਟ ਦੇ ਨਾਲ ਹੀ ਇੱਧਰਲੀ ਸਾਈਡ 'ਤੇ ਹੈਗਾ ਆ ਪੈਲਸ ਆ, ਇਹ ਪੈਲਸ ਬਣ ਜਾਣਾ, ਬਸ ਇਹਦੀ ਨੀਂਹ ਪੱਥਰ ਰੱਖਿਆ ਗਿਆ। ਹੁਣ ਸਰਦਾਰ ਸਾਹਿਬ ਜੇ ਤੁਸੀਂ ਇੱਧਰਲੇ ਪਾਸੇ ਜਿਹੜਾ ਜੇ ਦਰਵਾਜ਼ਾ ਖੋਲ੍ਹਦੇ ਹੋ ਅਤੇ ਕੋਈ ਨਗਰ 'ਚ ਹਰਜ ਮਰਜ ਹੁੰਦੀ ਆ ਅਤੇ ਤੁਸੀਂ ਝਟ ਉਸ ਵੇਲੇ ਕਿਸੇ ਨਾਲ ਹਿਰਖ ਮਹਿਸੂਸ ਕਰ ਸਕਦੇ ਹੋ। ਠੀਕ ਹੈ। ਹਾਂ ਹੁਣ ਪਲਾਟ ਵੇਖੋ ਕਿ ਆੜਾ ਬੋਰਡ ਆ ਨਾ ਪਿੱਪਲ ਆ, ਇਹ ਤੁਹਾਡੇ ਪਲਾਟ ਤੋਂ ਬਾਹਰ ਵਾਰ ਆ। ਠੀਕ ਹੈ। ਹਾਂ ਬਸ ਤੁਸੀਂ ਜਦੋਂ ਦਿਲ ਕਰੇ ਮੰਜੀ ਡਾਹ ਕੇ ਬੈਠੋ ਅਤੇ ਇੱਥੋਂ ਲੈ ਕੇ ਆੜੀ ਪੱਟੀ ਸਾਰੀ ਇਹ ਪੱਟੀ ਜਿਹੜੀ ਹੈਗੀ ਤੋੜ ਜਾਂਦੀ ਆ। ਆਹ ਪੱਟੀ? ਹਾਂ ਇਹ ਸਾਰੇ ਵੇਖੋ ਲੋਕ ਟੈਲ ਵੀ ਲੱਗੀ ਪਈ ਆ, ਭਾਵੇਂ ਉੱਤੇ ਨਹੀਂ ਰੱਖ ਲਓ। ਹਾਂ ਅਤੇ ਆਹ ਕੀ? ਇਹ ਸਕੂਨ ਭਾਅ ਜੀ, ਇਹਨਾਂ ਨੂੰ ਪੁੱਛੋ। ਉਹ ਯਾਰ ਤੈਨੂੰ ਸਕੂਨ ਵਾਲੀ ਜਗ੍ਹਾ ਕਹੀ, ਤੂੰ ਮੜੀਆਂ ਜਿਹੀ ਪਲਾਟ ਕਢਵਾ ਦਿੱਤਾ ਜੀ। ਯਾਰ ਤੁਹਾਨੂੰ ਹੀ ਹੁਣ ਤੁਸੀਂ ਕਹਿਣ ਡਿਆ ਪਲਾਟ ਵੀ ਸਸਤਾ ਚਾਹੀਦਾ ਆ ਅਤੇ ਸਕੂਨ ਵਾਲੀ ਜਗ੍ਹਾ ਵੀ ਚਾਹੀਦੀ, ਅਤੇ ਮੈਂ ਤੁਹਾਨੂੰ ਦੱਸੋ ਹੁਣ ਕਿੱਥੋਂ ਲੱਭ ਕੇ ਦਵਾਂ। ਹੁਣ ਮੈਂ ਤੁਹਾਨੂੰ ਉੱਥੇ ਵਰਿੰਦਾਵਨ ਲੈ ਜਾ ਅਤੇ ਸਕੂਨ ਵਾਲੀ ਮੜੀਆਂ ਜੀ ਮਿਲਣੀ ਆ। ਉਹ ਭਾਈ ਸਾਹਿਬ ਜੀ ਤੁਸੀਂ ਗੱਲ ਨੂੰ ਸਮਝਦੇ ਨਹੀਂ ਹੈਗੇ। ਵੇਖੋ ਦੁੱਖ ਸੁੱਖ ਤੁਹਾਨੂੰ ਮੈਂ ਕਿਹਾ ਜ਼ਿੰਦਗੀ ਦੇ ਭਾਈ ਵਾਲਿਆ, ਪਾਈ ਪਾਈ ਜੋੜ ਕੇ ਅਸੀਂ ਤੁਹਾਨੂੰ ਪੈਸੇ ਦਿੱਤੇ ਆ ਅਤੇ ਦੁੱਖ ਸੁੱਖ ਅਤੇ ਜ਼ਿੰਦਗੀ ਦੇ ਭਾਈ ਵਾਲ ਦੇ ਦਾ ਮਤਲਬ ਅਸੀਂ ਮੜੀਆਂ 'ਚ ਆ ਜੀ। ਹੁਣ ਯਾਰ ਮੜੀਆਂ ਆਹ ਵਾਲੀ ਜਗ੍ਹਾ ਆ, ਤੁਸੀਂ ਇਹਨੂੰ ਸੱਚੇ ਪਾਤਸ਼ਾਹ ਪਹਿਲਾਂ ਤਾਂ ਕਿਰਪਾ ਰੱਖੇ, ਕੋਈ ਇਹੋ ਜਿਹਾ ਕੰਮ ਵਾਪਰੇ ਨਾ ਅਤੇ ਇੱਥੇ ਕੋਈ ਰੋਣ ਧੋਣ ਹੋਵੇ ਨਾ, ਸੁੱਖ ਮੰਗੋ ਰੱਬ ਦੇ ਕੋਲੋਂ, ਤੁਸੀਂ ਇੱਥੇ ਆ ਕੇ ਸੁੱਖ ਮੰਗਣੀ ਨਗਰ ਦੀ। ਉਹ ਜਿਹੜਾ ਪਲਾਟ ਲੈ ਕੇ ਦੇਣਾ ਆ ਜਿੱਥੇ ਘਰ ਬਣਾਉਣਾ ਆ ਉਸ ਘਰ 'ਚ ਤਾਂ ਰੋਣ ਧੋਣੀ ਚੱਲਣਾ ਫਿਰ। ਉਹ ਵੀਰ ਜੀ ਰੋਣ ਤਾਂ ਹੁਣ ਨਹੀਂ ਚੱਲਦਾ, ਜਿੱਦਾਂ ਦੀ ਨੀਤ ਹੋਵੇ ਉੱਦਾਂ ਦੀ ਮੁਰਾਦ ਮਿਲਦੀ, ਤੁਸੀਂ ਸੁੱਖ ਮੰਗਣੀ ਹੈਗੀ ਆ। ਦੂਜੀ ਗੱਲ ਇੱਕ ਹੋਰ, ਅਸੀਂ ਸੁੱਖ ਮੰਗ ਕੇ ਆਏ ਸਵੇਰੇ, ਮੈਂ ਵੀ ਰੱਬ ਦੇ ਘਰ ਮੱਥਾ ਟੇਕ ਕੇ ਆਇਆ ਵੀ ਮਾਰਾ ਪਲਾਟ ਵੇਖਣ ਚੱਲੇ ਹਾਂ ਅਤੇ ਚੜ੍ਹਦੀ ਕਲਾ ਹੋਵੇ ਸਾਰੀ, ਅਤੇ ਤੁਸੀਂ ਤਾਂ ਸਾਡੀ ਚੜ੍ਹਦੀ ਕਲਾ ਦੂਜੀ ਕਰਾ ਦੇਣ ਲੱਗੇ ਜੇ। ਉਹ ਵੀਰ ਮੇਰਾ ਆਹ ਇੱਕ ਕਿਸਮ ਦੀ ਹੈਗੀ ਛੰਨ ਛੇੜ, ਕਿਹੜਾ ਦੋ ਪੈਗ ਲਾਉਣ ਦਿਲ ਕਰੇ, ਮੀਂਹ ਮਾਂ ਪੈਂਦਾ ਵੇ, ਅਰਮਾਨ ਆਪਣੀਆਂ ਕੁਰਸੀਆਂ ਰੱਖੋ ਇੱਥੇ ਦੋ ਪੈਗ ਲਾਓ, ਬਾਕੀ ਦੁਨੀਆ ਮਰ ਗਈ ਪੈਗ ਇੱਥੇ ਲਾਉਣਾ ਮੈਂ। ਯਾਰ ਹੁਣ ਤੁਸੀਂ ਆਉਂਦਿਆਂ ਹੀ ਕਹਿੰਦਾ ਆ ਇੱਕ ਦਰਵਾਜ਼ਾ ਐਨੂੰ ਕੱਢ ਲਿਓ, ਇੱਕ ਐਨੂੰ ਕੱਢ ਲਿਓ, ਮੈਂ ਕਿਹਾ ਪਤਾ ਨਹੀਂ ਕਿਹੜੀ ਸਨ ਸਿਟੀ 'ਚ ਪਲਾਟ ਲੈ ਤਾ ਇਹਨੇ। ਵੀਰ ਜੀ ਹੁਣ ਜਿਹੜਾ ਆਹ ਪਰਲੇ ਪਾਸੇ ਜਿਹੜਾ ਪਲਾਟ ਵਿਕੇ ਆ ਇਹ ਘੱਟੋ ਘੱਟ ਵੀ ਤਾਂ 4-4.5 ਲੱਖ ਨੂੰ ਜਗ੍ਹਾ ਜਿਹੜੀ ਆ 20 ਮਰਲੇ ਵਿਕੀ ਆ, ਅਤੇ ਤੁਸੀਂ ਕਹਿਣ ਡਿਆ ਵੀ ਅਸੀਂ 2 ਲੱਖ ਤੋਂ ਵੱਧ ਪੈਸੇ ਨਹੀਂ ਭਰਨੇ 20 ਮਰਲਿਆਂ ਦੇ। ਗੱਲ ਤੁਹਾਡੀ ਠੀਕ ਹੈ ਤਾਂ ਤੁਸੀਂ ਉਦੋਂ ਖੁੱਲ੍ਹ ਕੇ ਗੱਲ ਕਰ ਲੈਂਦੇ ਹੋ ਸਾਡੇ ਨਾਲ। ਯਾਰ ਪਾਰਟੀ ਹੁਣ ਅਸੀਂ ਪਾਰਟੀ ਨੂੰ ਹੱਥੋਂ ਕਿੱਦਾਂ ਕੱਢਦੀ ਆ, ਪਾਰਟੀ ਦੇ ਮਾਇੰਡ ਸਮਝੀਦਾ ਕਿ ਪਾਰਟੀ ਕਿੰਨਾ ਪੈਸਾ ਖਰਚਦੀ ਆ, ਇਹਨੇ ਕਿੱਥੇ ਸੌਦੇ ਟਿਕ ਜਾਣਾ। ਨਹੀਂ ਆਪਣਾ ਸੌਦਾ ਵੇਖਣ ਦੇ ਚੱਕਰ 'ਚ ਸਾਡਾ ਸਾਰਾ ਟੱਬਰ ਤੇ ਭਾਤਾ ਨਾ ਮੜੀਆਂ 'ਚ। ਉਹ ਯਾਰ ਨਾਲੇ ਪਾਣੀ ਧਾਣੀ ਪਿਆ ਲਿਆ ਕਰਿਓ, ਨਾਲੇ ਹਿਰਖ ਬਸੋਚ ਕਰ ਲਿਆ ਕਰਿਓ। ਤੂੰ ਭਰਾ ਸਾਡਾ ਬਿਆਨਾ ਵਾਪਸ ਕਰ, ਮੈਂ ਉੱਥੇ ਛਬੀਲ ਆ ਕੇ ਲੋਕਾਂ ਨੂੰ ਪਾਣੀ ਪਿਆ ਦੂੰਗਾ। ਆ ਚੰਗਾ ਬੰਦਾ ਟਕਰਾਇਆ ਜੀ। ਯਾਰ ਪਾਣੀ ਧਾਣੀ ਤੂੰ ਗੱਲ ਛੱਡ, ਇੰਨੇ ਸੌਦੇ ਤੇਰੇ ਨਾਲ ਕਰਵਾਏ ਆ, ਤੂੰ ਇੱਥੇ ਲਿਆ ਕੇ ਸਾਨੂੰ ਫਸਾ ਛੱਡਿਆ। ਸਿਆਣਾ ਬਿਆਣਾ ਤੂੰ ਬੰਦਾ ਆ। ਯਾਰ ਮੈਂ ਹੀ ਕੁਛ ਛਦਾਈ ਨਹੀਂ ਹੈਗੇ, ਤੁਸੀਂ ਕਿਹਾ ਵੀ ਸਸਤਾ ਪਲਾਟ ਚਾਹੀਦਾ, ਮਾਰਕੀਟ ਦਾ ਲੋ ਸਸਤਾ ਸਸਤਾ, ਇਹ ਥੋੜ੍ਹੀ ਕਿਹਾ ਵੀ ਸਾਨੂੰ ਮੜੀਆਂ 'ਚ ਚਾਹੀਦਾ ਸਸਤਾ ਪਲਾਟ। ਉਹ ਯਾਰ ਤੁਸੀਂ ਰਹਿਣਾ ਆ ਕਿ ਤੁਸੀਂ ਦੱਸੋ ਇੱਥੇ
ਜਿਹੜੀ ਜ਼ਿੰਦਗੀ ਹੈ ਨਾ, ਜ਼ਿੰਦਗੀ ਪਤਾ ਨਹੀਂ ਹੈ ਦੋ ਘੜੀਆਂ ਚਾਰ ਘੜੀਆਂ, ਇੱਥੇ ਕਿਸੇ ਨੇ ਬੈਠ ਨਹੀਂ ਰਹਿਣਾ, ਇੱਥੇ ਕਿਸੇ ਨੇ ਵੀਰ ਬੈਠ ਨਹੀਂ ਰਹਿਣਾ। ਮੜੀਆਂ ਦਾ ਨਾਂ ਸੁਣ ਕੇ ਤਾਂ ਵੈਸੇ ਨਹੀਂ ਲੋਕ ਘਰੋਂ ਨਿਕਲਦੇ, ਤੇ ਤੂੰ ਕਹਿੰਦਾ ਜ਼ਿੰਦਗੀ ਜੀਣੀ ਇੱਥੇ। ਲੋਕ ਇੱਥੇ ਮਰਨ ਤੋਂ ਬਾਅਦ ਆਉਂਦੇ ਰਹਿਣ, ਇਹ ਜੀਂਦੇ ਜੀ ਸਾਨੂੰ ਇੱਥੇ ਲੈ ਆਉਣ ਲੱਗਾ ਜੀ। ਯਾਰ ਇੱਥੇ ਕਿਤੇ ਲੱਤਾਂ ਵਿਛਾ ਕੇ ਬਹਿ ਜਾਣਾ ਹੈਗਾ, ਜਿਹੜੇ 4 ਸਾਲ ਹੈਗੇ ਆ ਆਰਾਮ ਨਾਲ ਕੱਟੋ, ਲੋਕਾਂ ਨੇ ਦੁੱਖ ਸੁੱਖ ਦਾ ਪਤਾ ਲੱਗਿਆ ਵੀ ਲੋਕ ਦੁੱਖ ਸੁੱਖ ਕਿੱਦਾਂ ਬਤੀਤ ਕਰਦੇ ਆ, ਥੋੜ੍ਹਾ ਜਿਹਾ ਦਿਮਾਗ 'ਤੇ ਅਸਰ ਪੈਂਦਾ ਹੈਗਾ ਆ। ਅਸੀਂ ਜੋੜੇ ਹੱਥ, ਤੁਸੀਂ ਸਾਡਾ ਖਹਿੜਾ ਛੱਡੋ, ਸਾਡਾ ਬਿਆਨਾ ਵਾਪਸ ਕਰੋ, ਕਰੋ ਗੱਲ ਤੁਸੀਂ। ਯਾਰ ਮੇਰਾ ਤਾਂ ਤੂੰ ਕੰਮ ਠੱਪ ਕਰਾਤਾ ਨਾ, ਜਿਹੜੇ ਹੋਰ ਤੇ ਨਾਲ 10 ਪਲਾਟ ਵਿਕਾਉਣੇ ਸੀ ਉਹਨੇ ਤਾਂ ਪਿੰਡ 'ਚ ਰੌਲਾ ਪਾ ਦੇਣਾ। ਉਹ ਯਾਰ ਜਦੋਂ ਤੁਸੀਂ ਦਫ਼ਤਰ ਆਏ ਹੋ ਪਹਿਲਾਂ ਤੁਸੀਂ ਮੱਥੇ ਤਿਲਕ ਲਾਇਆ ਸੀ ਮੈਨੂੰ ਸਕੂਨ ਵਾਲੀ ਜਗ੍ਹਾ ਚਾਹੀਦੀ ਆ, ਤਾਂ ਹੁਣ ਜੇ ਸਕੂਨ ਵਾਲੀ ਜਗ੍ਹਾ ਲੱਭ ਦਿੱਤੀ ਆ ਤਾਂ ਹੁਣ ਤੁਸੀਂ ਕਹਿਣ ਦੇ ਸਾਨੂੰ ਪਸੰਦ ਨਹੀਂ ਹੋਣਾ। ਸਕੂਨ ਭਵਾ ਛੱਡਿਆ ਜੀ, ਇਸ ਤੋਂ ਵੱਡਾ ਸਕੂਨ ਕਿਹੜੇ ਮਿਲੂਗਾ। ਵੱਡੇ ਵੱਡੇ ਜਿਹੜੇ ਸੰਤ ਮਹਾਂਪੁਰਸ਼ ਆ ਨਾ, ਜਦੋਂ ਰੱਬ ਨਾਲ ਮਿਲੇ ਆ ਉਹਨਾਂ ਨੇ ਮੜੀਆਂ ਜਾ ਕੇ ਡੇਰੇ ਲਾ ਲਏ। ਤੁਸੀਂ ਇਤਿਹਾਸ ਪੜ੍ਹੋ। ਤੂੰ ਚੱਲ ਮੈਂ ਤੇਰੇ ਨਾਲ ਬਾਅਦ 'ਚ ਗੱਲ ਕਰੂੰਗਾ, ਪਹਿਲਾਂ ਇਹਨੂੰ ਤਾਂ ਮੈਂ ਕਰਾਂ। ਉਹ ਵੀਰ ਮੇਰਿਆ ਹੁਣ ਤੁਹਾਡਾ ਜਿਹੜਾ 50,000 ਰੁਪਇਆ ਬਿਆਨਾ ਚੱਲ ਗਿਆ, ਉਹ ਮਿਲਣਾ ਨਹੀਂ ਹੈਗਾ। ਉਹ ਭਾ ਤੂੰ ਚੱਲ, ਉਹ ਨਹੀਂ ਵਧਾਈਆਂ, ਚੱਲ ਉਹ ਵਧਾਈਆਂ ਯਾਰ, ਤੂੰ ਵਧਾਈਆਂ, ਚੱਲ ਯਾਰ ਮੈਂ ਚੱਲੇ ਆ, ਮੈਂ ਵੀਰ ਚੱਲੇ ਆ, ਮੇਰਾ ਤਾਂ ਕੰਮ ਆ ਪਲਾਟ ਦਵਾਤਾ। ਸਰਦਾਰ ਸਾਹਿਬ ਇੱਧਰ ਆਓ, ਇੱਧਰ ਆ ਤੂੰ, ਇੱਧਰ ਚੱਲ। ਵਧਾਈਆਂ ਵਧਾਈਆਂ ਸਾਰਿਆਂ ਨੂੰ। ਤੁਹਾਡਾ ਡੀਲਰ ਵੇਖਿਆ ਤੇਰੇ ਰਗਾ 1,000 ਦੇ ਕਰਾਤੇ ਆ, ਹੁਣ ਮੇਰਾ ਵੀਰ ਜੱਫੀ ਜੁਫੀ ਨਹੀਂ ਪਾਉਣੀ, ਤੂੰ ਤੁਰਿਆ ਚੱਲ। ਚਲੋ ਬਾਕੀ ਚੱਲ, ਤੁਰਿਆ ਚੱਲ, ਤੁਹਾਡਾ ਬਿਆਨਾ ਜਿਹੜਾ ਚਲ ਗਿਆ, ਬਾਕੀ ਪੈਸੇ ਲਿਆ ਤੇ ਰਜਿਸਟਰੀ ਕਰਾਓ। ਮੁਬਾਰਕਾਂ ਮੁਬਾਰਕਾਂ। ਹੁਣ ਕੀ ਸੱਪ ਸੁੰਘ ਗਿਆ ਤੈਨੂੰ? ਉਹ ਸੱਪ ਕੀ ਸੁੰਘਣਾ ਸੀ, ਮੈਂ ਤੇ ਆ ਵੇਖਣ ਆ ਸ਼ਾਂਤੀ ਮੋਲ 'ਚ ਜਗ੍ਹਾ ਮੰਗੀ ਸੀ ਉਹਨੇ ਤੇ ਮੜੀਆਂ 'ਚ ਲੈਤੀ ਆ। ਉਹ ਲੱਖ ਲਾਂਤ ਇਹੋ ਜਿਹੀ ਸ਼ਾਂਤੀ ਦੀ, ਬੇੜਾ ਗਰ ਕਰਕੇ ਰਾਤਾਂ ਹੀ ਠੱਗੀ ਮਰਾ ਕੇ ਰਾਤੀ। ਉਹ ਮੈਂ ਕਿਹੜੀ ਠੱਗੀ ਮਰਵਾਤੀ ਯਾਰ, ਮੈਨੂੰ ਪਤਾ ਮੀਸਣਾ ਜਿਹਾ ਮੂੰਹ ਬਣਾ ਕੇ ਤੂੰ ਜਿਹੜੀਆਂ ਗੱਲਾਂ ਕਰਦਾ ਨਾ, ਤੇਰਾ ਹਿੱਸਾ ਆ ਵਿੱਚ ਉਹਦੇ। ਮੀਸਣਾ ਕਿਹਨੂੰ ਕਹਿੰਦਾ ਹੋਏ? ਇਹਨੂੰ ਕਹਿੰਦਾ ਮੀਸਣਾ, ਕਿਹਨੂੰ ਕਹਿੰਦਾ? ਚੱਲ ਬਹਿ ਕੇ ਗੱਲ ਕਰ ਲੈ, ਬਹਿ ਬੂਗੇ ਨੀ ਗੱਲ ਕਰਨੀ, ਮੇਰੇ ਪੈਸੇ ਦਵਾ। ਉਹ ਪੈਸੇ ਉਹ ਲੈ ਗਿਆ, ਮੈਂ ਥੋੜੀ ਰੱਖੇ ਆ, ਮੈਨੂੰ ਨੀ ਪਤਾ ਇਹ ਗੱਲ ਦਾ, ਮੇਰੇ ਪੈਸੇ ਦਵਾ ਜਿੱਦਾਂ ਮਰਜ਼ੀ। ਕਿਹਨੂੰ ਪਤਾ ਫਿਰ? ਤੈਨੂੰ ਪਤਾ ਹੋਊਗਾ। ਉਹ ਯਾਰੀ ਜੀ ਇੰਨੀ ਇੱਜ਼ਤ ਬਣੀ ਆ ਪਿੰਡ 'ਚ, ਮੈਨੂੰ ਪਤਾ ਲੱਖ ਲਾਂ ਤੇ ਠੱਗਾਂ ਦੀ ਇੱਜ਼ਤ ਦਾ ਸਾਰੇ ਸਤਿਕਾਰ ਕਰਦੇ ਆ, ਸਤਿਕਾਰ ਕਰਦੇ, ਤੁਹਾਡਾ ਸਤਿਕਾਰ ਹੀ ਹੁੰਦੇ ਆ। ਵਾ ਪੈਂਟ ਕਮੀਜ਼ ਪਾ ਕੇ ਆ ਜਾ, ਤੇਰੀ ਮੇਰੀ ਟੁੱਟੀ ਅੱਜ ਤੋਂ, ਲੱਖ ਲਾਂ ਤੇ ਇਹੋ ਜਿਹੀ ਰੱਖਣੀ ਤੂੰ ਵੀ। ਠੱਗੀ ਮਾਰੀ ਠੱਗੀ ਮਾਰੀ, ਜਾ ਤੇਰੀ ਮੇਰੀ ਟੁੱਟੀ ਅੱਜ ਤੋਂ। ਉਹ ਜਾ ਜਾ, ਟੁੱਟੀ ਚੰਗੀ ਆ, ਪੈਂਟ ਕਮੀਜ਼ ਤੇ ਐਂ ਭਾਈ ਜਿੱਦਾਂ ਤੇਰੇ ਨਾਲ ਕੋਈ ਸਿਆਣਾ ਨਹੀਂ ਬੰਦਾ ਪਿੰਡ 'ਚ ਹੈਗਾ। ਹੈਲੋ ਭਾਅ ਜੀ, ਇੱਕ ਪਲਾਟ ਮਿਲ ਰਿਹਾ ਸਸਤਾ ਲੈਣਾ ਜੀ? ਉਹ ਨਹੀਂ ਉਹ ਨਹੀਂ, ਅਸੀਂ ਨਹੀਂ ਕੋਈ ਪਲਾਟ ਪਲੂਟ ਲੈਣਾ, ਫੋਨ ਨਾ ਕਰੀ ਮੇਰੇ ਫੋਨ 'ਤੇ। ਹਾ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 ਹ